ਬਾਂਸਰੀ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਡੀ ਡੀ ਚੰਡੀਗੜ੍ਹ ਦਾ ਯੰਗ ਤਰੰਗ ਪ੍ਰੋਗਰਾਮ ਅੱਜ ਸੰਗੀਤਮਈ ਬਣਨ ਜਾ ਰਿਹਾ। ਸੋ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਇਸ ਸ਼ਖਸ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ ਜਿਹਦੇ ਵਿੱਚ ਕੋਈ ਖਾਸ ਟੈਲੈਂਟ ਹੁੰਦਾ। ਸੋ ਅੱਜ ਸਾਡੇ ਵਿਚਕਾਰ ਗੁਰਪ੍ਰੀਤ ਸਿੰਘ ਜੀ ਬਿਰਾਜਮਾਨ ਨੇ। ਇਹਨਾਂ ਨੂੰ ਇੰਸਟਰੂਮੈਂਟ ਵਜਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ। ਵੱਡੇ ਵੱਡੇ ਆਰਟਿਸਟ ਲੋਕਾਂ ਦੇ ਨਾਲ ਇਹਨਾਂ ਨੇ ਬਾਂਸਰੀ ਪਲੇਅ ਕੀਤੀ ਹੈ, ਬਾਂਸਰੀ ਵਜਾਈ ਆ, ਅਤੇ ਅੱਜ ਅਸੀਂ ਇਹਨਾਂ ਤੋਂ ਬਾਂਸਰੀ ਦੇ ਬਾਰੇ ਵੀ ਜਾਣਾਂਗੇ ਔਰ ਇਹਨਾਂ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਬਾਰੇ ਵੀ ਜਾਣਾਂਗੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਡੀ ਡੀ ਚੰਡੀਗੜ੍ਹ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਮੈਮ ਮੈਨੂੰ ਇਨਵਾਈਟ ਕਰਨ। ਕੋਈ ਇਸ ਪਾਸੇ ਨੂੰ ਕੋਈ ਮੇਰਾ ਤਾਲੁਕਾਤ ਨਹੀਂ ਸੀ, ਮੈਂ ਹਾਰਮੋਨੀਅਮ ਵਜਾਉਂਦਾ ਸੀ, ਉਹ ਵੀ ਨੋਰਮਲ ਜੀ। ਅਤੇ ਮਤਲਬ ਮੈਂ ਸੋਚਿਆ ਕਿ ਇੱਕ ਵਾਰੀ ਮੈਂ ਦੇਖਦਾ ਕਿ ਮੈਂ ਅਗਰ ਫਲੂਟ ਮੈਂ ਵਜਾ ਸਕਦਾ ਤਾਂ ਬਸ ਉੱਦਾਂ ਫਿਰ ਸਿਲਸਿਲਾ ਮੈਂ ਸਾਰਾ ਜਿਹੜਾ ਸ਼ੁਰੂ ਹੋਇਆ। ਫਿਰ ਮੈਂ ਇੱਕ ਫਲੂਟ ਖਰੀਦੀ, ਫਿਰ ਦੋ ਖਰੀਦੀ ਅਤੇ ਅੱਛਾ। ਹਾਂਜੀ, ਕਹਿੰਦੇ ਨੇ ਕਿ ਬਾਂਸਰੀ ਵਜਾਉਣ ਦੇ ਲਈ ਨਾ ਤੁਹਾਨੂੰ ਇੱਕ ਸਾਹ ਨੂੰ ਫੋਕਸ ਕਰਨਾ ਪੈਂਦਾ ਜੀ ਜੀ, ਤੇ ਇਹ ਟੈਕਨੀਕ ਕਿਵੇਂ ਸਿੱਖੀ ਫਿਰ? ਇਹਦੇ ਲਈ ਕਿਸੇ ਨੂੰ ਗੁਰੂ ਤਾਰਿਆ ਜਾਂ ਆਪਣੇ ਆਪ ਹੀ ਪ੍ਰੈਕਟਿਸ ਨਾਲ ਹੋ ਗਿਆ? ਨਹੀਂ ਜੀ, ਨਹੀਂ ਨਹੀਂ ਨਹੀਂ, ਇਹਦੇ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਜਿਹੜੇ ਮਿਊਜ਼ੀਕਲ ਖੇਤਰ ਦੇ ਵਿੱਚ ਜਿਹੜੇ ਮੇਰੇ ਪਹਿਲੇ ਗੁਰੂ ਮੇਰੇ ਫਾਦਰ ਸਾਹਿਬ ਸਰਦਾਰ ਕੁਲਬੀਰ ਸਿੰਘ ਜੀ, ਜਿਨ੍ਹਾਂ ਤੋਂ ਮੈਂ ਬੇਸਿਕ ਜਿਹੜੀ ਮੁੱਢਲੀ ਜਿਹੜੀ ਸੰਗੀਤਕ ਸਿੱਖਿਆ ਉਹਨਾਂ ਤੋਂ ਲਈ। ਉਸ ਤੋਂ ਬਾਅਦ ਮੇਰੇ ਜਿਹੜੇ ਉਸਤਾਦ ਜੀ ਪਾਰਥ ਸੇਨ ਜੀ, ਉਹ ਇੱਥੇ ਮੋਹਾਲੀ ਤੋਂ ਨੇ, ਵੈਸਟ ਬੰਗਾਲ ਤੋਂ ਨੇ, ਬਟ ਇੱਧਰ ਹੀ ਬੋਰਨ ਐਂਡ ਬ੍ਰੋਟਅਪ ਮੋਹਾਲੀ 'ਚ ਨੇ, ਅਤੇ ਮੈਨੂੰ ਉਹਨਾਂ ਤੋਂ ਮਤਲਬ ਕਾਫੀ ਚੀਜ਼ਾਂ ਮਿਊਜ਼ੀਕਲੀ ਸਿੱਖਣ ਨੂੰ ਮਿਲੀਆਂ। ਅਤੇ ਜਿਹੜੇ ਮੇਰੇ ਫਲੂਟ ਦੇ ਜਿਹੜੇ ਮੇਰੇ ਪਹਿਲੇ ਗੁਰੂ ਜੀ, ਉਹ ਮੇਰੇ ਪੰਡਿਤ ਸ਼ਿਆਮ ਮਹਿਤਾ ਜੀ ਹੋਏ ਨੇ ਜੀ, ਉਹ ਉੜੀਸਾ ਤੋਂ ਨੇ, ਅਤੇ ਉਹ ਵੀ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਲੋਕ ਸਿੱਖਣ ਕਿਤੇ ਜਾਂਦੇ ਆ, ਕੋਈ ਸੱਤ ਸਮੁੰਦਰ ਪਾਰ ਜਾਂਦਾ, ਕੋਈ ਇੱਥੋਂ ਦਿੱਲੀ ਜਾਂਦਾ ਸ਼ਾਮ ਨੂੰ ਵਾਪ, ਉਹਨਾਂ ਦੀ ਬੇਟੀ ਦੀ ਇੱਥੇ ਕਿਸੇ ਕੰਪਨੀ ਦੇ ਵਿੱਚ ਟ੍ਰਾਂਸਫਰ ਹੋ ਗਈ ਉੜੀਸਾ ਤੋਂ, ਉਹਨਾਂ ਦਾ ਇੱਥੇ ਆਉਣਾ ਹੋਇਆ ਆਪਣੀ ਬੇਟੀ ਦੇ ਨਾਲ, 3 ਸਾਲ ਉਹ ਇੱਥੇ ਹੀ ਰਹੇ, ਅਤੇ ਮੈਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ। ਸੋ 3 ਸਾਲ ਮੈਂ ਉਹਨਾਂ ਦੇ ਚਰਨ ਪਰਸੇ ਜੀ ਜਾ ਕੇ, ਅਤੇ ਬਸ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ, ਕਿਉਂਕਿ ਗੁਰੂ ਤੁਹਾਨੂੰ ਰਾਹ ਪਾ ਸਕਦਾ, ਚੱਲਣਾ ਉਹਦੇ 'ਤੇ ਅਸੀਂ ਆਪ ਹੁੰਦਾ ਹੈ ਨਾ, ਆਪਣੇ ਅਲੱਗ ਅਲੱਗ ਚੀਜ਼ਾਂ ਨੂੰ ਇਕੱਠਾ ਕਰਕੇ, ਐਕਸਪੀਰੀਅੰਸਿਸ ਨੂੰ, ਕਦੋਂ ਕੋਈ ਇੱਧਰੋਂ ਲੈ ਲਿਆ, ਕੋਈ ਉੱਧਰੋਂ ਲੈ ਲਿਆ, ਜਿਸ ਦੇ ਨਾਲ ਇਕੱਠਾ ਕਰਕੇ ਫਿਰ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਜੀ। ਬਹੁਤ ਤਰ੍ਹਾਂ ਦੀਆਂ ਬਾਂਸਰੀਜ਼ ਨੇ ਦੇਖ ਰਹੇ ਹਾਂ, ਅਤੇ ਇਹ ਸਾਰੀਆਂ ਤੁਸੀਂ ਮਤਲਬ ਇੱਥੋਂ ਹੀ ਇਕੱਠੀਆਂ ਕੀਤੀਆਂ ਨੇ ਜਾਂ ਤੁਸੀਂ ਕੋਈ ਫੰਕਸ਼ਨ ਤੇ ਬਾਹਰ ਜਾਂਦੇ ਹੋ ਕਿਤੇ ਅਦਰ ਕੰਟਰੀਜ਼ ਦੇ ਵਿੱਚ, ਉੱਥੋਂ ਲੈ ਕੇ ਆਉਂਦੇ ਹੋ? ਜੀ ਬਿਲਕੁਲ, ਕੁਛ ਨੇ ਜੀ ਜੋ ਮੈਂ ਇੱਥੋਂ ਹੀ ਲੋਕਲ ਅਵੇਲੇਬਲ ਸੀਗੀਆਂ ਜੀ ਮੈਂ ਲੱਦੀਆਂ, ਬਾਕੀ ਜਿਵੇਂ ਕਈ ਅਲੱਗ ਅਲੱਗ ਕੰਟਰੀਜ਼ ਤੋਂ ਮੈਂ ਜਿਵੇਂ ਟਰੈਵਲ ਕਰਕੇ ਜਿਵੇਂ ਸ਼ੋਜ਼ ਦੇ ਸਿਲਸਿਲੇ 'ਚ ਜਾਣਾ ਹੁੰਦਾ, ਅਤੇ ਉੱਥੋਂ ਫਿਰ ਮੈਂ ਕਲੈਕਟ ਕਰਕੇ ਲੈ ਕੇ ਆਇਆ ਜੀ, ਕਈ ਫਲੂਟਸ ਇੱਦਾਂ ਦੀਆਂ ਨੇ। ਬਹੁਤ ਹੀ ਵਧੀਆ। ਹੁਣ ਤੁਹਾਡੇ ਤੋਂ ਅਸੀਂ ਇਹ ਸੁਣਾਂਗੇ ਕਿ ਜਿਹੜਾ ਤੁਹਾਡਾ ਪਸੰਦੀਦਾ, ਵੈਸੇ ਤਾਂ ਸਾਰੇ ਹੀ ਪਸੰਦ ਦੇ ਹੁੰਦੇ ਆ, ਜਿਹੜਾ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਹੋਵੇ ਜਿਹਦੀ ਧੁਨ ਜਿਸ ਗੀਤ ਦੇ ਵਿੱਚ ਤੁਸੀਂ। ਮੈਨੂੰ, ਮੈਂ ਤੁਹਾਨੂੰ ਚੈਨਲ ਦੇ ਮਾਧਿਅਮ ਰਾਹੀਂ ਮੈਂ ਵੀ ਮੈਂ ਜ਼ਰੂਰ ਦੱਸਣਾ ਚਾਹੂੰਗਾ, ਮੈਨੂੰ ਮੇਰੇ ਚੰਗੇ ਭਾਗ ਸੀ ਕਿ ਮੈਨੂੰ
ਗੁਰਦਾਸ ਮਾਨ ਸਾਹਿਬ ਨਾਲ ਮੈਨੂੰ 2-3 ਸਾਲ ਮੈਨੂੰ ਸੇਵਾ ਕਰਨ ਦਾ ਉਹਨਾਂ ਦੇ ਨਾਲ ਮੌਕਾ ਮਿਲਿਆ ਮੈਨੂੰ, ਉਹਨਾਂ ਦੇ ਨਾਲ ਸਟੇਜ ਸ਼ੇਅਰ ਕਰਨ ਦਾ, ਅਤੇ ਮਤਲਬ ਉਹਨਾਂ ਦੇ ਮੈਨੂੰ ਆਲਮੋਸਟ ਸਾਰੇ ਗਾਣੇ ਹੀ ਮਤਲਬ ਮੈਨੂੰ ਬਹੁਤ ਅੱਛੇ ਲੱਗਦੇ ਆ, ਅਤੇ ਉਹਨਾਂ 'ਚੋਂ ਇੱਕ ਗਾਣਾ ਛੱਲਾ ਜੋ ਸਭ ਦੀ ਪਸੰਦ ਹੈ, ਮੈਂ ਉਹ 2 ਬੋਲ ਉਹਦੇ ਮੈਂ ਤੁਹਾਨੂੰ ਜ਼ਰੂਰ ਬਣਾ ਕੇ ਵਜਾ ਕੇ ਸੁਣਾਉਂਗਾ ਜੀ। ਬਹੁਤ ਖੂਬ, ਹਾਂਜੀ ਗੁਰਪ੍ਰੀਤ ਜੀ, ਲੱਗ ਰਿਹਾ ਕਿ ਬਹੁਤ ਹੀ ਜ਼ਿਆਦਾ ਇਹਦੇ ਲਈ ਨਾ ਸਾਹ ਨੂੰ ਪਕਾਉਣ ਦੀ ਜ਼ਰੂਰਤ ਹੈ, ਬੜਾ ਐਨਰਜੀ ਵਾਲਾ ਕੰਮ ਹੈ। ਫਿਊਚਰ ਪਲਾਨ ਕੀ ਆ? ਫਿਊਚਰ ਪਲਾਨ ਇੱਦਾਂ ਹੀ ਹੈ ਜੀ ਕਿ ਮੈਂ 2 ਮੇਰੇ ਵੈਂਚਰਸ ਨੇ ਜੋ ਮੈਂ ਹੁਣ ਨਵੇਂ ਸ਼ੁਰੂ ਕੀਤੇ ਨੇ। ਇੱਕ ਤਾਂ ਸਾਡਾ ਬੈਂਡ ਹੈ ਜੀ ਫੈਰੋ ਫਲੂਇਡ ਦੇ ਨਾਂ ਤੋਂ। ਅੱਛਾ, ਹਾਂਜੀ, ਫੈਰੋ ਫਲੂਇਡ ਦੇ ਨਾਂ ਤੋਂ ਅਸੀਂ ਜਿੰਨੀਆਂ ਵੀ ਪੁਰਾਤਨ ਜਿਹੜੇ ਮਤਲਬ ਆਪਣੇ ਕਾਵਿ ਕਵੀ ਹੋਏ ਨੇ, ਸ਼ਿਵ ਕੁਮਾਰ ਬਟਾਲਵੀ, ਭਾਈ ਵੀਰ ਸਿੰਘ, ਹਜ਼ਰਤ ਸੁਲਤਾਨ ਬਾਹੂ, ਅਮੀਰ ਖੁਸਰੋ ਜੀ, ਅਤੇ ਹੋਰ ਵੀ ਜਿੰਨੇ ਵੀ ਹੋਏ ਨੇ, ਉਹਨਾਂ ਦੀਆਂ ਅਸੀਂ ਕਿਤੇ ਕਿਤੋਂ ਕੋਈ ਕੋਈ ਵੰਨਗੀਆਂ ਕਰਕੇ ਅਸੀਂ ਇੱਕ ਪ੍ਰੋਪਰ ਇੱਕ ਕੰਪੋਜੀਸ਼ਨ ਟਾਈਪ ਬਣਾਉਂਦੇ, ਜਿਹਦੇ 'ਚ ਇੱਕ ਸੂਤਰਧਾਰ ਹੈ ਜੋ ਇੱਕ ਕੰਪੋਜੀਸ਼ਨ ਖਤਮ ਹੁੰਦੀ ਹੈ, ਦੂਜੀ ਸੂਤਰਧਾਰ ਅਗਲੀ ਕੜੀ ਨੂੰ ਜੋੜਦਾ ਹੈ। ਤੇ ਤੁਸੀਂ ਕਿੰਨੇ ਕੁ ਕਲਾਕਾਰਾਂ ਦੇ ਨਾਲ ਐਜ਼ ਅ ਮਿਊਜ਼ੀਸ਼ੀਅਨ ਕੰਮ ਕਰ ਚੁੱਕੇ ਹੋ? ਮੈਂ ਜੀ ਕਾਫੀ ਆਪਣੀ ਇੰਡਸਟਰੀ ਦੇ ਬਹੁਤ ਮਕਬੂਲ ਸਿੰਗਰਸ ਨੇ, ਮੈਂ ਕਾਫੀ ਸਿੰਗਰਸ ਦੇ ਨਾਲ, ਗੁਰਦਾਸ ਮਾਨ ਸਾਹਿਬ, ਦਿਲਜੀਤ ਦੋਸਾਂਝ, ਕੁਲਵਿੰਦਰ ਬਿੱਲਾ ਭਾਜੀ, ਆਪਣਾ ਸਿੱਧੂ ਮੂਸੇਵਾਲਾ, ਕਰਨ ਔਜਲਾ, ਤੇ ਦਿਲਪ੍ਰੀਤ ਢਿੱਲੋਂ ਬਾਈ, ਤੇ ਬਾਕੀ ਕੌਰ ਵੀ, ਸ਼੍ਰੇਆ ਘੋਸ਼ਾਲ ਜੀ, ਦੈਨ ਸੁਨੀਧੀ ਚੌਹਾਨ ਜੀ, ਕੌਰ ਵੀ, ਕਾਫੀ ਸਿੰਗਰਸ ਨੇ ਜੀ ਜਿਹੜੇ, ਕਿਉਂਕਿ ਸਾਡਾ ਮੇਰਾ ਜਿਹੜਾ ਮੇਨਲੀ ਜਿਹੜਾ ਕੰਮ ਹੈ ਉਹ ਸਟੂਡੀਓ ਡਬਿੰਗਸ ਦਾ ਜ਼ਿਆਦਾ ਹੈ ਜੀ ਅੱਜ ਕੱਲ੍ਹ, ਜਿਵੇਂ ਬੀਇੰਗ ਇਨ ਟ੍ਰਾਈ ਸਿਟੀ, ਜਿਹੜੀ ਆਪਣੀ ਸਾਰੀ ਇੰਡਸਟਰੀ ਹੈ, ਮਿਊਜ਼ਿਕ ਇੰਡਸਟਰੀ ਆਪਾਂ ਕਹਿ ਸਕਦੇ ਹਾਂ ਕਿ ਉਹ ਮੋਹਾਲੀ ਆ ਚੁੱਕੀ ਹੈ ਜੀ। ਬਹੁਤ ਹੀ ਮਤਲਬ ਇੰਨੀ ਸੱਚੀ ਸੁੱਚੀ ਕਿਰਤ ਵਾਲੀ ਕਲਾ ਤੁਸੀਂ ਸਾਂਭੀ ਬੈਠੇ ਹੋ। ਅੱਜ ਦੇ ਇਸ ਮੌਜੂਦਾ ਦੌਰ ਦੇ ਵਿੱਚ ਨਾ ਇਹਨਾਂ ਚੀਜ਼ਾਂ ਦੀ ਅਹਿਮੀਅਤ ਜਿਹੜੀ ਆ ਉਹ ਬਣਾ ਕੇ ਰੱਖਣਾ ਕਿਸੇ ਵਿਰਲੇ ਦੇ ਹਿੱਸੇ ਆਉਂਦਾ। ਸੋ ਤੁਹਾਡੇ ਹਿੱਸੇ ਆਇਆ ਇਹ,
ਖੁਸ਼ਕਿਸਮਤ ਹੋ, ਬਾਕੀ ਮੈਂ ਤਾਂ ਇਹ ਕਹਾਂਗੀ ਕਿ ਖੁਸ਼ਕਿਸਮਤ ਹੋ, ਪਰਮਾਤਮਾ ਦੀ ਵਾਹਿਗੁਰੂ ਦੀ ਤੁਹਾਡੇ 'ਤੇ ਮਿਹਰ ਆ, ਪਰਮਾਤਮਾ ਕਰੇ ਕਿ ਤੁਸੀਂ ਇਸੇ ਤਰ੍ਹਾਂ ਇਸ ਕਲਾ ਨੂੰ ਹੋਰ ਵੀ ਮਕਬੂਲ ਕਰਦੇ ਰਹੋ ਅਤੇ ਤੁਹਾਨੂੰ ਪੰਜਾਬ ਨੂੰ ਰੀਪ੍ਰਜੈਂਟ ਕਰਨ ਦਾ ਪੂਰੀ ਦੁਨੀਆ ਦੇ ਵਿੱਚ ਮੌਕਾ ਮਿਲੇ ਔਰ ਤੁਸੀਂ ਬੁਲੰਦੀਆਂ ਨੂੰ ਛੂਹੋ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਸਾਨੂੰ ਇੰਨੀਆਂ ਅੱਛੀਆਂ ਧੁਨਾਂ ਸਿਖਾਈਆਂ, ਸੰਗੀਤ ਦੇ ਬਾਰੇ ਜਾਣਕਾਰੀ ਦਿੱਤੀ, ਖਾਸ ਕਰਕੇ ਇਹਨਾਂ ਸਾਜ਼ਾਂ ਦੇ ਬਾਰੇ। ਬਹੁਤ ਬਹੁਤ ਸ਼ੁਕਰੀਆ ਜੀ।